हेलो दोस्तों, आज आप बना रही हैं गर्मियों के लिए स्पेशल लड्डू, जो कि बहुत ही एनर्जेटिक थे, इम्यूनिटी बूस्टर लड्डू ने। आपा घर दे विच पईयां तीन चार चीजा तो बना के आसान तरीके दे नाल तैयार करांगे। वीडियो नू एंड तक जरूर देखना, अगर तुहानू वीडियो वधिया लगी लाइक शेयर कमेंट जरूर करियो, चैनल नू सबसक्राइब करियो। अगर तुसी चैनल ते पहली बारी विजिट कर रहे हो तां बैल आइकन नू जरूर प्रेस करियो, तां जो तुहानू वीडियो दी नोटिफिकेशन सब तो पहला मिल सके। ਇਲੈਣੀ ਜੀ, ਮੈਂ ਡਰਾਈ ਫਰੂਟਸ, ਤੁਹਾਡੇ ਕੋਲੇ ਜੋ ਵੀ ਡਰਾਈ ਫਰੂਟਸ ਨੇ ਤੁਸੀਂ ਉਹ ਵਰਤ ਸਕਦੇ ਹੋ ਆਪਣੇ ਮਨਪਸੰਦ ਦੇ। ਮੇਰੇ ਕੋਲ ਇੱਕ ਬਾਉਲ ਸੀ, ਬਾਉਲ ਮੀਨ ਕੇ ਮੈਂ ਵੇਟ ਕਰਕੇ 100 ਗ੍ਰਾਮ ਮੈਂ ਲਿਆ ਜੀ ਫੁਲਮਖਾ ਨੇ, 100 ਗ੍ਰਾਮ ਬਾਦਾਮ ਤੇ 50 ਗ੍ਰਾਮ ਕਾਜੂ ਤੇ 50 ਗ੍ਰਾਮ ਹੀ ਮਲਸ ਲਿਆ ਮੈਂ ਮੈਲਨ ਸੀਡਸ। ਤੁਹਾਡੇ ਕੋਲੇ ਜੋ ਅਵੇਲੇਬਲ ਹੈਗੀ ਆਪਣੇ ਮਨਪਸੰਦ ਦੇ ਤੁਸੀਂ ਡਰਾਈ ਫਰੂਟਸ ਵਰਤ ਸਕਦੇ ਹੋ। ਫਿਰ ਮੈਂ ਇਹਨਾਂ ਨੂੰ ਇੱਕ ਮਿਕਸੀ ਦੇ ਜਾਰ ਦੇ ਵਿੱਚ ਪਾ ਲਿਆ ਜੀ, ਪਾ ਕੇ ਦਰਦਰਾ ਪੀ ਲਿਆਂਗੀ। ਇਹਨਾਂ ਦਾ ਦਰਦਰਾ ਪਾਊਡਰ ਬਣਾ ਕੇ ਫਿਰ ਮੈਂ ਇਹਨਾਂ ਨੂੰ ਇੱਕ ਸਾਈਡ ਬਾਉਲ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ। ਦੂਸਰੀ ਸਾਈਡ ਮੈਂ ਇੱਕ ਕੜਾਈ ਰੱਖੀ ਹੋਈ ਹੈ, ਜਿਹਦੇ ਵਿੱਚ ਮੈਂ 1 ਚਮਚ ਦੇਸੀ ਘਿਓ ਦਾ ਲਿਆ ਹੈ, ਤੁਸੀਂ ਡਾਲਡਾ ਘਿਓ ਵੀ ਵਰਤ ਸਕਦੇ ਹੋ। ਤੇ ਇਸ ਤਰ੍ਹਾਂ ਮੈਂ ਪਾਊਡਰ ਜਿਹੜਾ ਦਰਦਰਾ ਪੀ ਲਿਆ ਸੀ। ਘਿਓ ਗਰਮ ਹੋਣ ਤੇ ਜੀ ਇਹਦੇ ਵਿੱਚ ਮੈਂ ਜਿਹੜਾ ਇਹ ਪਾਊਡਰ ਪਾ ਦਿੱਤਾ ਹੈ, ਤੇ ਘਿਓ ਨੂੰ ਤੇ ਪਾਊਡਰ ਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ 1 ਮਿੰਟ ਤੱਕ ਪਕਾਵਾਂਗੀ। ਇੱਕ ਮਿੰਟ ਪਕਾਉਣ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਪਾ ਰਹੀ ਹਾਂ ਨਾਰੀਅਲ ਦਾ ਬੁਰਾਦਾ। ਨਾਰੀਅਲ ਦਾ ਬੁਰਾ ਅਗਰ ਤੁਹਾਡੇ ਕੋਲੇ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਆਪਣੇ ਕੋਲ ਠੁੱਠੀ ਹੁੰਦੀ ਹੈ ਉਹਨੂੰ ਕੱਦੂਕਸ ਕਰਕੇ ਵਰਤ ਸਕਦੇ ਹੋ। ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 4 ਤੋਂ 5 ਮਿੰਟ ਪਕਾਵਾਂਗੇ, ਬਰਾਊਨ ਹੋਣ ਤੱਕ, ਜਦੋਂ ਤੱਕ ਇਸ ਤਰ੍ਹਾਂ ਬਰਾਊਨ ਨਾ ਹੋ ਜਾਵੇ। ਮੈਂ ਨਾਰੀਅਲ ਦਾ ਵੇਟ ਆ, ਜਿਹੜਾ ਨਾਰੀਅਲ ਦਾ ਬੁਰਾਦਾ ਹੈ ਉਹਦਾ ਵੇਟ ਹੈਗਾ ਜੀ ਮੇਰੇ ਕੋਲੇ 150 ਗ੍ਰਾਮ। ਤੁਸੀਂ ਆਪਣੇ ਮਨ ਪਸੰਦੀਦਾ ਅਮਾਉਂਟ ਦੇ ਵਿੱਚ ਵਰਤ ਸਕਦੇ ਹੋ, ਕਿੰਨਾ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ। ਬਰਾਊਨ ਹੋਣ ਤੋਂ ਬਾਅਦ ਜੀ ਆਪਾਂ ਉਹਨੂੰ ਬਿਲਕੁਲ ਗੈਸ ਦੀ ਲੋ ਫਲੇਮ ਤੇ ਬਰਾਊਨ ਕਰਨਾ, 4-5 ਮਿੰਟ ਲੱਗਣਗੇ। ਉਸ ਤੋਂ ਬਾਅਦ ਉਹਨੂੰ ਆਪਾਂ ਠੰਡਾ ਹੋਣ ਲਈ ਸਾਈਡ ਤੇ ਰੱਖ ਦੇਣਾ। ਫਿਰ ਚਾਸ਼ਨੀ ਬਣਾਉਣੀ ਹੈ। ਚਾਸ਼ਨੀ ਬਣਾਉਣ ਲਈ ਜੀ ਮੇਰੇ ਕੋਲੇ ਜਿਵੇਂ 300 ਗ੍ਰਾਮ ਸਾਰੇ ਡਰਾਈ ਫਰੂਟਸ ਸੀਗੇ, ਉਹਨਾਂ ਦਾ ਮੈਂ ਪਾਊਡਰ ਬਣਾਇਆ, ਤੇ ਇੱਥੇ ਮੈਂ 150 ਗ੍ਰਾਮ ਚੀਨੀ ਲਈ ਆ। ਅਗਰ ਤੁਸੀਂ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤੁਸੀਂ 200 ਤੋਂ 250 ਗ੍ਰਾਮ ਵਰਤ ਸਕਦੇ ਹੋ। 150 ਗ੍ਰਾਮ ਚੀਨੀ ਦੇ ਵਿੱਚ ਜੀ ਮੈਂ 1 ਹਿੱਸਾ ਪਾਣੀ ਦਾ ਪਾਇਆ ਤੇ 2 ਹਿੱਸੇ ਮੇਰੇ ਕੋਲੇ ਚੀਨੀ ਸੀ। ਆਪਾਂ ਇਸ ਤਰ੍ਹਾਂ ਚਿਪਚਿਪੀ ਚਾਸ਼ਨੀ ਬਣਾਉਣੀ ਹੈ ਜੀ, ਕੋਈ ਇੱਕ ਤਾਰ ਵਾਲੀ ਚਾਸ਼ਨੀ ਨਹੀਂ ਆਪਾਂ ਬਣਾਉਣੀ। ਚੰਗੀ ਤਰ੍ਹਾਂ ਆਪਣੀ ਖੰਡ ਦੇ ਕੋਲ ਜਾਣ ਤੋਂ ਬਾਅਦ ਫਿਰ ਉਸਨੂੰ ਮੈਂ 1 ਮਿੰਟ ਪਕਾਉਣਾ ਹੈ ਤੇ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ। ਫਿਰ ਉਹਦੇ ਵਿੱਚ ਮੈਂ ਪਾਈਆਂ ਨੇ 2 ਇਲਾਇਚੀਆਂ, ਅਗਰ ਤੁਹਾਡੇ ਕੋਲੇ ਇਲਾਇਚੀ ਪਾਊਡਰ ਹੈਗਾ ਤਾਂ ਤੁਸੀਂ ਉਹ ਵੀ ਵਰਤ ਸਕਦੇ ਹੋ, ਤੇ ਥੋੜਾ ਜਿਹਾ ਕੇਸਰ ਪਾ ਕੇ। ਉਸ ਤੋਂ ਬਾਅਦ ਮੇਰੇ ਕੋਲੇ ਸੌਂਫ ਅਤੇ ਕਾਲੀ ਮਿਰਚ ਦਾ ਪਾਊਡਰ ਆ ਜੀ, ਇਹ ਮੈਂ ਘਰ ਦੇ ਵਿੱਚ ਹੀ ਤਿਆਰ ਕੀਤਾ ਸੀ। ਚਮਚ ਦਾ ਚੌਥਾ ਹਿੱਸਾ ਮੈਂ ਉਹ ਵਰਤਿਆ ਹੈ, ਤੇ ਸਾਰੀਆਂ ਚੀਜ਼ਾਂ ਨੂੰ ਮੈਂ ਚਾਸ਼ਨੀ ਦੇ ਵਿੱਚ ਮਿਕਸ ਕਰ ਦਿਆਂਗੀ। ਮਿਕਸ ਹੋਣ ਤੋਂ ਬਾਅਦ ਜੀ ਆਪਾਂ ਚਾਸ਼ਨੀ ਨੂੰ ਤੁਰੰਤ ਨਹੀਂ ਪਾਉਣਾ, ਗਰਮ ਗਰਮ ਜੋ ਆਪਾਂ ਡਰਾਈ ਫਰੂਟਸ ਦਾ ਪਾਊਡਰ ਆ ਉਹਨੂੰ ਆਪਾਂ ਬਣਾਇਆ, ਆਪਾਂ ਇਹਨੂੰ ਥੋੜੀ ਦੇਰ ਠੰਡਾ ਹੋਣ ਲਈ ਰੱਖਾਂਗੇ, 1 ਤੋਂ 1.5 ਮਿੰਟ 2 ਮਿੰਟ। ਉਸ ਤੋਂ ਬਾਅਦ ਇੱਧਰ ਆਪਣੇ ਜਿਹੜਾ ਇਹ ਡਰਾਈ ਫਰੂਟਸ ਦੇ ਇਹ ਇਨਗਰੀਡੀਐਂਟ ਇਹ ਵੀ ਆਪਣੇ ਠੰਡੇ ਹੋ ਚੁੱਕੇ ਆ, ਤੇ ਆਪਾਂ ਜ਼ਿਆਦਾ ਵੀ ਠੰਡੇ ਨਹੀਂ ਕਰਨੇ, ਤੇ ਚਾਸ਼ਨੀ ਤੇ ਪਾਊਡਰ ਨੂੰ ਮਿਕਸ ਕਰ ਲੈਣਾ ਹੈ ਆਪਾਂ। ਸਾਰੀ ਚਾਸ਼ਨੀ ਆਪਾਂ ਡਰਾਈ ਫਰੂਟਸ ਦਾ ਜਿਹੜਾ ਪਾਊਡਰ ਆਪਾਂ ਭੁੰਨਿਆ ਉਹਦੇ ਵਿੱਚ ਪਾ ਦੇਣਾ ਹੈ। ਤੁਸੀਂ ਖੰਡ ਦੀ ਜਗ੍ਹਾ ਤੇ ਮਿਸ਼ਰੀ ਵੀ ਵਰਤ ਸਕਦੇ ਹੋ ਤੇ ਸ਼ੱਕਰ ਵੀ ਵਰਤ ਸਕਦੇ ਹੋ ਜੀ, ਗਰਮੀਆਂ ਦੇ ਲਈ ਮਿਸ਼ਰੀ ਵੀ ਵਧੀਆ ਹੁੰਦੀ ਹੈ ਤੇ ਸ਼ੱਕਰ ਵੀ, ਅਗਰ ਤੁਸੀਂ ਖੰਡ ਖਾਣਾ ਨਹੀਂ ਪਸੰਦ ਕਰਦੇ ਤਾਂ।
ਫਿਰ ਆਪਾਂ ਜੀ ਚਾਸ਼ਨੀ ਨੂੰ ਤੇ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜੀ, ਉਦੋਂ ਤੱਕ 1-2 ਮਿੰਟ ਮਿਕਸ ਕਰਾਂਗੇ ਜਦੋਂ ਤੱਕ ਇਹਦੀ ਹੇਠਾਂ ਮਤਲਬ ਘੱਟ ਨਾ ਜਾਵੇ। ਇੱਥੇ ਤੁਹਾਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਿਆਦਾ ਆਪਣਾ ਜਿਹੜਾ ਚਾਸ਼ਨੀ ਪਾਉਣ ਦੇ ਨਾਲ ਪਾਊਡਰ ਢਿੱਲਾ ਢਿੱਲਾ ਲੱਗਦਾ ਹੈ, ਜਿਵੇਂ ਜਿਵੇਂ ਮਤਲਬ ਠੰਡਾ ਹੋਏਗਾ ਉਵੇਂ ਉਵੇਂ ਇਹ ਕਰੜਾ ਹੋ ਜਾਏਗਾ ਕਿ ਆਪਾਂ ਇਹਦੇ ਲੱਡੂ ਆਸਾਨੀ ਦੇ ਨਾਲ ਬਣਾ ਸਕਦੇ ਹਾਂ। ਇਸੇ ਤਰ੍ਹਾਂ ਆਪਾਂ ਇਹਨੂੰ 1-2 ਮਿੰਟ ਲਗਾਤਾਰ ਮਿਕਸ ਕਰਾਂਗੇ। ਦੇਖੋ ਜੀ ਇੱਥੇ ਇਹ ਥੋੜਾ ਠੰਡਾ ਹੋ ਗਿਆ, ਪਰ ਫਿਰ ਵੀ ਮੇਰਾ ਹੱਥ ਨਹੀਂ ਲੱਗ ਰਿਹਾ ਸੀ, ਕਾਫੀ ਗਰਮ ਲੱਗਦਾ ਸੀਗਾ। ਤੇ ਤੁਹਾਨੂੰ ਮੈਂ ਲੱਡੂ ਬਣਾ ਕੇ ਦਿਖਾਉਣੀ ਆ ਆਪਣੇ, ਬਹੁਤ ਹੀ ਟੇਸਟੀ ਲੱਡੂ ਬਣ ਕੇ ਤਿਆਰ ਹੁੰਦੇ ਆ। ਤੁਸੀਂ ਇਹ ਜਦੋਂ ਬਣਾ ਕੇ ਜ਼ਰੂਰ ਦੇਖਿਓ, ਤੁਹਾਨੂੰ ਇਸ ਤਰ੍ਹਾਂ ਲੱਗੂਗਾ ਜਿਸ ਤਰ੍ਹਾਂ ਕਿ ਆਪਾਂ ਮਤਲਬ ਖੋਏ ਦੀਆਂ ਪਿੰਨੀਆਂ ਖਾ ਰਹੇ ਹੋਵਾਂਗੇ। ਬਿਲਕੁਲ ਹੀ ਖੋਏ ਦੀ ਪਿੰਨੀਆਂ ਵਰਗੀ ਆਪਾਂ ਨੂੰ ਫੀਲਿੰਗ ਆਊਗੀ। ਇਸੇ ਤਰ੍ਹਾਂ ਮੈਂ ਸਾਰੀਆਂ ਮਤਲਬ ਲੱਡੂ ਬਣਾ ਲਏ ਆ, ਬਹੁਤ ਹੀ ਟੇਸਟੀ ਤੇ ਵਧੀਆ ਲੱਡੂ ਬਣ ਕੇ ਤਿਆਰ ਹੋਏ ਸੀ। ਤੁਸੀਂ ਇਹਦੇ ਉੱਪਰ ਆਪਣੇ ਮਨਪਸੰਦ ਦੇ ਹਿਸਾਬ ਦੇ ਨਾਲ ਜੀ ਡਰਾਈ ਫਰੂਟਸ ਵੀ ਲਗਾ ਸਕਦੇ ਹੋ, ਤੇ ਅਗਰ ਤੁਸੀਂ ਡਰਾਈ ਫਰੂਟਸ ਨਹੀਂ ਲਗਾਉਣਾ ਤੇ ਇਸੇ ਤਰ੍ਹਾਂ ਵੀ ਖਾ ਸਕਦੇ ਹੋ। ਜ਼ਰੂਰ ਬਣਾ ਕੇ ਦੇਖਿਓ, ਇਸ ਦੇ ਨਾਲ ਜਿਹੜਾ ਆਪਣਾ ਸਰਦੀ ਜ਼ੁਕਾਮ, ਆਪਾਂ ਕਹਿੰਦੇ ਕਿ ਠੰਡਾ ਪਾਣੀ ਪੀਣ ਦੇ ਨਾਲ ਆਪਾਂ ਨੂੰ ਜ਼ੁਕਾਮ ਹੋ ਜਾਂਦਾ ਹੈ, ਉਹ ਵੀ ਨਹੀਂ ਹੁੰਦਾ। ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਥੀ ਲੱਡੂ ਆ, ਗਰਮੀਆਂ ਦੇ ਲਈ ਜ਼ਰੂਰ ਬਣਾ ਕੇ ਖਾ ਕੇ ਦੇਖਿਓ। ਇਸ ਤੋਂ ਬਾਅਦ ਇਹਨਾਂ ਨੂੰ ਮੈਂ ਡਰਾਈ ਫਰੂਟਸ ਦੇ ਨਾਲ ਇਸ ਤਰ੍ਹਾਂ ਡੈਕੋਰ ਕਰ ਦਿੱਤਾ ਸੀ। ਆਪਣੇ ਡਰਾਈ ਫਰੂਟਸ ਲੱਡੂ ਆ ਜਿਹੜੇ ਜੀ ਇਹ ਬਣ ਕੇ ਤਿਆਰ ਹੋ ਚੁੱਕੇ ਆ। ਅਗਰ ਤੁਹਾਨੂੰ ਰੈਸਪੀ ਵਧੀਆ ਲੱਗੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ, ਤਾਂ ਜੋ ਤੁਹਾਡੇ ਨਾਲ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਸ਼ੇਅਰ ਕਰਦੀ ਰਵਾਂਗੀ। ਆਪਣੇ ਬਹੁਤ ਹੀ ਹੈਲਥੀ ਤੇ ਟੇਸਟੀ ਲੱਡੂ ਬਣ ਕੇ ਤਿਆਰ ਹੋਏ ਸੀ ਜੀ। ਮੈਂ ਅਗਲੇ ਦਿਨ ਸ਼ੂਟ ਕੀਤਾ ਸੀ, ਤੁਹਾਨੂੰ ਦਿਖਾਉਂਦੀ ਹਾਂ ਠੰਡਾ ਹੋਣ ਤੇ ਜਿਹੜੀ ਆਪਣੇ ਇਹ ਲੱਡੂ ਆ ਬਹੁਤ ਹੀ ਵਧੀਆ ਬਣੇ ਸੀਗੇ। ਤੁਹਾਨੂੰ ਪਤਾ ਹੀ ਹੈ ਕਿ ਘਰ ਦੇ ਵਿੱਚ ਬਣੀ ਹੋਈ ਜਿਹੜੀ ਚੀਜ਼ ਆ ਉਹ ਬਹੁਤ ਹੀ ਹੈਲਥੀ ਵੀ ਹੁੰਦੀ ਹੈ ਤੇ ਵਧੀਆ ਵੀ ਹੁੰਦੀ ਹੈ, ਤੇ ਮੇਰੇ ਹਸਬੈਂਡ ਨੂੰ ਬਹੁਤ ਪਸੰਦ ਆਏ ਸੀ। ਦੇਖੋ ਸਾਰਿਆਂ ਨੇ ਬਹੁਤ ਖੁਸ਼ ਹੋ ਕੇ ਖਾਏ ਸੀ, ਤੁਸੀਂ ਵੀ ਜ਼ਰੂਰ ਬਣਾਇਓ। ਮਿਲਦੇ ਹਾਂ ਨਵੀਂ ਰੈਸਪੀ ਦੇ ਨਾਲ। ਬਾਏ।